ਲਓ ਜੀ ਭੋਲਾ ਬਣਾਉਣ ਲੱਗਿਆ ਥਾਲੀਆਂ ਭੋਲੇ ਕੀ ਖਿਆਲ ਆ ਤੇਰਾ ਇਹਦੇ ਬਾਰੇ ਡਗਰਾਤੀ ਮੰਡੀ ਆ ਖਾਣ ਨੂੰ ਬਹੁਤ ਵਾਦਾ ਇਹ ਫਲੀਆਂ ਨੂੰ ਭਿੰਡੀ ਕੈੜੀਆਂ ਬਹੁਤ ਨੇ ਕੈੜੀਆਂ ਬਹੁਤ ਆ ਬਾਜੀ ਚੂਸੇ ਨਾਲ ਜੋ ਚੂਸਣੀਆਂ ਪੈਂਦੀਆਂ ਜੋ ਕੁਲਫੀ ਚੂਸੀ ਦੀ ਆ ਲਾਜਰ ਬਾਈ ਸਾਡਾ ਬਾ ਚੂਸਦਾ ਇਹਨੂੰ ਮੈਂ ਕੁਲਫੀ ਮੂੰਹ 'ਚ ਬਈ ਆਈ ਰੁਕੇ ਮਾਰਦਾ ਜੀ ਇਹਦਾ ਵਿੱਚ ਵਾਲਾ ਸਮਾਨ ਖਾਣੇ ਵਾਲਾ ਹੁੰਦਾ ਰਾਣੀ ਵਧੀਆ ਬਾਗੀਆਂ ਪਾ ਰਹੀ ਆ ਅਤੇ ਹੁਣ ਆਪਾਂ ਤੁਹਾਡੇ ਨਾਲ ਕੁਛ ਗੱਲਾਂ ਸਾਂਝੀਆਂ ਕਰਾਂਗੇ ਜੋ ਕਿ ਨਾਜਰ ਬਾਈ ਦੇ ਪਿੰਡ ਦੀਆਂ ਗੱਲਾਂ ਨੇ ਉਹ ਨਾਜਰ ਬਾਈ ਖੁਦ ਹੀ ਗੱਲਾਂ ਕਰੂਗਾ ਅਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਤਾਂ ਮੇਰਾ ਭਰਾ ਜ਼ਰੂਰ ਦੇਖਿਓ ਹੱਥ ਬੰਨ ਕੇ ਬੇਨਤੀ ਹੋ ਆ ਹਾਂ ਵੀਰ ਓਕੇ ਰਿਪੋਰਟ ਆ ਅਤੇ ਹੁਣ ਆਪਣੀ ਮਸ਼ੀਨ ਦਾਣੇ ਕੱਢੂਗੀ ਅਤੇ ਦਾਣੇ ਕੱਢਦੇ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਜਿਵੇਂ ਵੀ ਹੋਈ ਵੀਡੀਓ ਬਾਕੀ ਕੁਛ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ ਬਹੁਤ ਵਧੀਆ ਵਧੀਆ ਅਤੇ ਮੇਰਾ ਭਰਾ ਇੱਕਣੇ ਹੀ ਕਮੈਂਟ ਕਰਿਆ ਕਰੋ ਅਤੇ ਕੋਈ ਨੈਗੇਟਿਵ ਕਮੈਂਟ ਨਾ ਕਰਿਆ ਕਰੋ ਆਉਣ ਦੇ ਬਾਈ ਕਿਉਂਕਿ ਟਰਾਲੀ ਭਰ ਗਈ ਪੂਰੀ ਫੁੱਲ ਟਰਾਲੀ ਭਰ ਗਈ ਪੂਰੀ ਫੁੱਲ ਇਸ ਕਰਕੇ ਅਤੇ ਥੋੜ੍ਹੇ ਜਿਹੇ ਦਾਣੇ ਥੱਲੇ ਡੁੱਲ ਗਏ ਨੇ ਬਾਈ ਨਾਜਰ ਬਾਈ ਅਗਰ 'ਚ ਦਾਣੇ ਕੱਢਣ ਲੱਗਿਆ ਤਾਂ ਕਿ ਰਾਸਤੇ ਦੇ ਵਿੱਚ ਨਾ ਡਿੱਗਣ ਵੱਟਾਂ ਕਰਕੇ ਹਿਲੌਲੇ ਪੈਣ ਕਰਕੇ ਉੱਗਰ ਦੇ ਮੂਹਰੋਂ ਦਾਣੇ ਡਿੱਗਣ ਲੱਗ ਜਾਂਦੇ ਨੇ ਕਿਉਂਕਿ ਟੈਂਕੀ ਅੱਧੀ ਉਹ ਹਜੇ ਮਾੜੀ ਜਿਹੀ ਖਾਲੀ ਹੋਈ ਆ ਇੱਕ ਟਰਾਲੀ ਭਰ ਗਈ ਜੀ ਦੂਜੀ ਤਿਆਰ ਆ ਹੁਣ ਬਾਕੀ ਆਪਾਂ ਇਹ ਵੀ ਭਰਾਂਗੇ ਇੱਕ ਚੱਲੀ ਜੀ ਦੂਜੀ ਤਿਆਰ ਆਉਣ ਦੇ ਬਾਈ ਚੱਲ ਆਉਣ ਦੇ ਥੋੜ੍ਹੇ ਜਿਹੇ ਪਹਿਲਾਂ ਵਾਲੀ ਟਰਾਲੀ 'ਚ ਦਾਣੇ ਥੱਲੇ ਡੁੱਲ ਗਏ ਅਤੇ ਚਲੋ ਅਤੇ ਉੱਪਰ ਬੜੀਆਂ ਲਾਈਨਾਂ ਜਾ ਰਹੀਆਂ ਨੇ ਬਿਜਲੀ ਦੀਆਂ ਬਹੁਤ ਹੀ ਜ਼ਿਆਦਾ ਲਾਈਨਾਂ ਨੇ ਉੱਪਰ ਬਾਕੀ ਨਾਜਰ ਬਾਈ ਲੱਗਾ ਹੋਇਆ ਵੀਡੀਓ ਬਣਾਉਣ ਅਤੇ ਆਹ ਚੱਲਦੀ ਆਪਣੀ ਰਾਣੀ ਹਮੇਸ਼ਾ ਲਈ ਅਤੇ ਨਾਜਰ ਬਾਈ ਕੁਛ ਗੱਲਾਂ ਹੁਣ ਤੁਹਾਡੇ ਨਾਲ ਸਾਂਝੀਆਂ ਕਰੂਗਾ ਹਾਂ ਬਾਈ ਚੱਲੀਏ ਮਾੜਾ ਜਿਹਾ ਪਰੇ ਨੂੰ ਇੱਥੇ ਆਵਾਜ਼ ਬਹੁਤ ਆ ਸ਼ੋਰ ਬਹੁਤ ਆ ਮੈਨੂੰ ਐਂ ਜੀ ਕਰਦਾ ਵੀ ਇਹਦੇ ਵਿੱਚ ਵੜ ਜਾਈਏ ਵੜ ਜਾਈਏ ਕਿਉਂ ਕੋਈ ਨਹੀਂ ਇਹ ਵੀ ਫੁੱਲੇ ਨੇ ਗੁਲਾਬ ਦੇ ਫਿਰ ਕੀ ਗੱਲ ਆ ਹਾਂ ਇਹ ਹੀ ਰੁਪਈਏ ਨੇ ਇਹ ਕਿਹੜਾ ਕੁਛ ਹੋਰ ਆ ਇਹ ਕਿਹੜਾ ਕੁਛ ਹੋਰ ਆ ਇਹ ਵੀ ਤਾਂ ਰੁਪਈਆ ਨੇ ਵੱਡਾਂਗੇ ਤਾਂ 4 ਰੁਪਈਏ ਮਿਲਣੇ ਬਸ ਹੋ ਗਿਆ ਬਾਕੀ ਬਾਈ ਤੈਨੂੰ ਪਿੰਡੋਂ ਫੋਨ ਆਇਆ ਸੀ ਕਿਸੇ ਦਾ ਤੇਰੇ ਘਰਦਿਆਂ ਦਾ ਆਪਣੀ ਕੀ ਗੱਲ ਹੋਊਗੀ ਉਹ ਕਹੀ ਜਾਂਦੇ ਮਸ਼ੀਨ ਟੇਢੀ ਹੋ ਗਈ ਉਹ ਹੋ ਗਿਆ ਵਾਹ ਹੋ ਗਿਆ ਅੱਛਾ ਗੱਲ ਤਾਂ ਬੋਲੀ ਜਾਂਦੇ ਆ ਗੱਲ ਤਾਂ ਬੋਲੀ ਆ ਮਸ਼ੀਨ ਚੱਲਦੀ ਆ ਉੱਗਰ ਜ਼ਰੂਰ ਟੇਢਾ ਹੋਇਆ ਉਹ ਆਪਾਂ ਕਰਤਾ ਸਿੱਧਾ ਸਿੱਧਾ ਕਰਕੇ ਆਪਾਂ ਨੇ ਆਪ ਚਲਾ ਤੀ ਉਹ ਹਾਂ ਤੇ ਘੰਟਾ ਦੋ ਘੰਟੇ ਦੀ ਜਾਣੀ ਬ੍ਰੇਕ ਡਾਊਨ ਜ਼ਰੂਰ ਆਈ ਆ
ਚਲੋ ਇੰਨਾ ਕਿ ਤਾਂ ਹੁਣ ਕਰਨੇ ਪੈਂਦਾ, ਇੰਨਾ ਕਿ ਤਾਂ ਹੋ ਜਾਂਦੀ, ਬ੍ਰੇਕ ਡਾਊਨ ਆ ਜਾਂਦੀ ਆ ਗੱਲਾਂ ਇੰਨੀਆਂ ਕਿ ਤਾਂ। ਹਾਂ ਫੰਗਾਂ ਦੀਆਂ ਡਾਰਾਂ ਤਾਂ ਗੱਲਾਂ ਤਾਂ ਚਾਹੇ ਜਿਵੇਂ ਮਰਜ਼ੀ ਬਣਾਈ ਜਾਓ, ਕੀ ਫਾਇਦਾ ਪਹਾੜ ਬਣਾਤਾ ਪਿੰਡ। ਪਿੰਡ ਕਹਿੰਦੇ ਵੀ ਇੱਕਣ ਹੋ ਗਿਆ ਹੈ, ਟੇਢੀ ਹੋ ਗਈ, ਪੁੱਠਾ ਸਿੱਧਾ ਕਰਦੇ ਵੀ ਉਹ ਹੋ ਗਿਆ ਹੋ ਗਿਆ ਤੇ ਚੱਲਦੀ ਹੈ ਚੰਗੀ ਭਲੀ। ਆ ਇੰਨੀ ਵਧੀਆ ਮਸ਼ੀਨ ਚੱਲਦੀ ਆ ਜੀ, ਲੋਕ ਕਹਿੰਦੇ ਹੁੰਦੇ ਜੇ ਬੰਦਾ ਇੱਕ ਸਿੱਧਾ ਤਾਂ 100 ਵਿਗਾੜਨੇ ਵਾਲੇ ਮਿਲਦੇ ਨੇ, ਅਤੇ ਲੋਕ ਬਹੁਤ ਹੀ ਜ਼ਿਆਦਾ ਨੈਗੇਟਿਵ ਪੁਆਇੰਟ ਪਹਿਲਾਂ ਲੈ ਲੈਂਦੇ ਨੇ। ਪਿੰਡ ਵਿੱਚ ਨਾਜਰ ਬਾਈ ਦੇ ਪਿੰਡ ਗੱਲ ਉੱਡੀ ਹੋਈ ਸੀ ਵੀ ਮਸ਼ੀਨ ਟੇਢੀ ਹੋ ਗਈ, ਐਂ ਫੁੱਟ ਗਈ, ਖਰਾਬ ਹੋ ਗਈ ਮਸ਼ੀਨ, ਐਂ ਹੋ ਗਿਆ ਜੀ, ਅਤੇ ਆਹ ਮਸ਼ੀਨ ਤੁਹਾਡੇ ਸਾਹਮਣੇ ਬਿਲਕੁਲ ਓਕੇ ਰਿਪੋਰਟ ਚੱਲਦੀ ਹੈ ਜੀ। ਔਗਰ ਟੁੱਟਿਆ, ਔਗਰ ਆਪਾਂ ਨੂੰ ਸਿੱਧਾ ਕਰਤਾ, ਇਹ ਤਾਂ ਨੋਰਮਲ ਗੱਲਾਂ ਨੇ, ਚੱਲ ਮਾੜਾ ਮੋਟਾ ਤਾਂ ਲੱਗਦਾ ਰੁਲਗਦਾ ਹੀ ਰਹਿੰਦਾ। ਹਾਂ ਉਹ ਚੱਲ ਹੁਣ ਜਦ ਝਾੜੀਆਂ ਰਸਤੇ ਦੇ ਵਿੱਚ ਇੰਨੀਆਂ ਨੇ ਬਾਈ, ਇੰਨਾ ਕੁ ਤਾਂ ਹੋ ਜਾਂਦਾ, ਹੁਣ ਕੀ ਕਰੀਏ, ਮਾੜੀ ਮੋਟੀ ਉਰੇ ਪਰੇ ਢਾਲ ਹੋ ਗਈ। ਡੇਢ ਦੋ ਘੰਟੇ ਦੀ ਬ੍ਰੇਕ ਡਾਊਨ ਆਈ ਆ, ਉਦੋਂ ਬਾਅਦ ਕੋਈ ਚੱਕਰ ਨਹੀਂ। ਮਸ਼ੀਨ ਤਾਂ ਚੱਲਦੀ ਸੀਗੀ, ਦਾਣੇ ਕੱਢਣ ਨੂੰ ਤਾਂ ਅਸੀਂ ਪੱਲੀਆਂ ਮੂੰਹ ਬੰਨ ਦਿੰਦੇ ਸੀਗੇ, ਤਾਂ ਪੱਲੀ ਨਾਲ ਮੂੰਹ ਬੰਨ ਕੇ ਤੇ ਥੱਲੇ ਢੇਰੀਆਂ ਲੱਗਦੀਆਂ ਨੇ, ਟਰਾਲੀਆਂ ਨੂੰ ਕਹਿ ਟਰਾਲੀ 'ਚ ਨਹੀਂ ਬਹਿਣਾ, ਥੱਲੇ ਢੇਰੀ ਲੱਗਣੀ ਹੈ। ਹਾਂ ਅਤੇ ਕੋਈ ਇਹੋ ਜਿਹੀ ਘਬਰਾਉਣ ਵਾਲੀ ਗੱਲ ਨਹੀਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਲੋਕਾਂ ਨੇ ਐਵੇਂ ਫੰਗਾਂ ਦੀਆਂ ਡਾਰਾਂ ਬਣਾ ਤੀਆਂ ਜੀ ਪਿੰਡ ਦੇ ਵਿੱਚ ਨਾਜਰ ਬਾਈ ਦੇ, ਕਹਿੰਦੇ ਜੀ ਮਸ਼ੀਨ ਆਏ ਹੋ ਗਈ, ਬੋਹ ਹੋ ਗਈ, ਜੇ ਹੁੰਦੀ ਤਾਂ ਭਰਾਵੋ ਆਪਾਂ ਤੁਹਾਡੇ ਨਾਲ ਵੀ ਵੀਡੀਓ ਸਾਂਝੀ ਕਰਦੇ ਅਤੇ ਤੁਹਾਨੂੰ ਵੀ ਆਪਾਂ ਦਿਖਾਉਂਦੇ ਕੀ ਕੁਛ ਹੋਇਆ ਹੈ ਨਾ। ਮਾਲਕ ਦੇ ਉਹ ਭਾਣੇ ਨੂੰ ਕੋਈ ਚੰਗਾ ਕੋਈ ਮਾੜਾ, ਬਹੁਤ ਲੋਕ ਬੋਲਦੇ ਨੇ ਅਤੇ ਇੱਦਾਂ ਨਹੀਂ ਬੋਲਣਾ ਚਾਹੀਦਾ। ਹੋਰ ਬਾਈ ਕੁਛ ਕਹਿਣਾ ਚਾਹੁੰਦੇ? ਨਾ ਬਸ ਠੀਕ ਆ, ਜੋ ਕਹਿਣਾ ਸੀ ਚਲੋ ਲੋਕਾਂ ਨੇ ਕਹਿਣਾ ਤਾਂ ਕਹਿਣਾ ਹੀ ਆ ਹੁਣ। ਹਾਂ ਇਹ ਤਾਂ ਕਿਸੇ ਨੂੰ ਬਖਸ਼ਦੇ ਨਹੀਂ ਹੈਗੇ। ਇਹਨਾਂ ਨੇ ਤਾਂ ਬਾਬਾ ਨਾਨਕ ਨਹੀਂ ਬਖਸ਼ਿਆ, ਨਾਨਕ ਨਹੀਂ ਛੱਡਿਆ ਹੈਗਾ। ਹਾਂ ਉਹਨਾਂ ਦੇ ਵੀ ਰੋੜੇ ਮਾਰੇ ਕਰੀ ਜਾਂਦੇ ਬਸ ਨਾ। ਚੱਲਦੀ ਆ ਮਸ਼ੀਨ ਚੰਗੀ ਭਲੀ, ਬਸ ਦੋ ਤਿੰਨ ਘੰਟੇ ਦੀ ਬਣੀ, ਦੋ ਢਾਈ ਘੰਟੇ ਦੀ, ਡੇਢ ਘੰਟੇ ਦੀ ਇੱਕ ਨੰਬਰ ਬ੍ਰੇਕ ਡਾਊਨ ਜ਼ਰੂਰ ਹੋਈ ਆ। ਹਾਂ ਡੇਢ ਘੰਟੇ ਦੀ ਬ੍ਰੇਕ ਡਾਊਨ ਆ ਕੇ ਉਦੋਂ ਬਾਅਦ ਆਪਣੇ ਕੰਮ ਆਪਣਾ ਜਾਰੀ ਰੱਖਿਆ। और अगर तुम लोग नए हो तो सब्सक्राइब करो, वो जो लाल वाला बटन है उस पे फूट फेंक के मारो या फिर मोमबत्ती, मुझे नहीं पता, बस क्लिक हो जाना चाहिए। ते लो जी इत्थे बंदे आप तां कम करदे ही ने ते नाल बुढ़िया नूं भी कम ला के रखदे ने, जिन्ने ही बंदा हकदार उन्ने ही तीवियां हकदार ने, ते तुसीं देख सकदे हो ਜੇ ਬੰਦਾ ਆਪ ਸਪਰੇ ਕਰ ਰਿਹਾ ਤਾਂ ਜਨਾਨੀ ਵੀ ਨਾਲ ਸਪਰੇ ਕਰ ਰਹੀ ਆ, ਅਤੇ ਇਹ ਗੁਜਰਾਤ ਦਾ ਬਹੁਤ ਹੀ ਵਧੀਆ ਮਤਲਬ ਤਰੀਕਾ, ਅਤੇ ਹਰ ਇੱਕ ਨਾਲ ਹੱਥ ਵਟਾਉਣਾ ਚਾਹੀਦਾ। ਅਤੇ ਬਾਕੀ ਆਪਣੀ ਮਸ਼ੀਨ ਚੱਲ ਰਹੀ ਹੈ ਜੀ, ਬਾਗੋ ਬਾਗ ਐਨ ਇੱਕ ਨੰਬਰ ਓਕੇ ਰਿਪੋਰਟ ਆ। ਟਰਾਲੀਆਂ ਖੜੀਆਂ ਸੀ ਦੋ, ਅਤੇ ਹਾਂ ਬਰਾਬਰ ਹੱਥ ਵਟਾਉਣ, ਹੁਣ ਦੇਖ ਸਕਦੇ ਹੋ ਤੁਸੀਂ ਸਪਰੇ ਲੱਗੀਆਂ ਹੋਈਆਂ ਨੇ ਕਰਨ, ਠੀਕ ਆ ਜੀ। ਅਤੇ ਬਹੁਤ ਹੀ ਵਧੀਆ ਮਤਲਬ ਕੰਮ ਚੱਲ ਰਿਹਾ ਇੱਕ ਪਾਸੇ ਖੇਤ ਦੇ ਵਿੱਚ, ਅਤੇ ਆਪਣੇ ਪੰਜਾਬ ਦੇ ਵਿੱਚ ਜਨਾਨੀਆਂ ਕੀ ਕਰਦੀਆਂ ਨੇ ਵੀ ਰੋਟੀ ਪਾਣੀ ਖਾ ਲਿਆ, ਘਰ ਦਾ ਕੰਮ ਮੁਕਾ ਲਿਆ ਅਤੇ ਆਰਾਮ ਨਾਲ ਪੈ ਜਾਓ ਜੀ, ਪੈਣ ਦੀ ਉਹ ਲੱਗੀ ਰਹਿੰਦੀ ਹਰ ਟਾਈਮ। ਅਤੇ ਆਹ ਦੇਖੋ ਜੀ, ਇਹ ਆਪਣੇ ਘਰਦਿਆਂ ਨਾਲ ਆਪ ਹੱਥ ਵਟਾਉਂਦੇ ਨੇ, ਦੇਖੋ ਆਦਮੀ ਤੀਵੀਂ ਦੋਨੇ ਜਣੇ ਸਪਰੇ ਲੱਗੇ ਹੋਏ ਨੇ ਕਰਨ ਆਪਣੀ ਖੇਤੀਬਾੜੀ ਦੀ, ਠੀਕ ਹੈ ਜੀ। ਅਤੇ ਤੁਸੀਂ ਦੇਖ ਸਕਦੇ ਹੋ ਕੰਮ ਗਲਤ ਕਰ ਗਿਆ, ਆ ਕੰਮ ਗਲਤ ਆ। ਆਪਣਾ ਹੁਣ ਵੀਡੀਓ ਰਾਹੀਂ ਚਲੋ ਆਪਾਂ ਹੁਣ ਹੋਰ ਪਾਸੇ ਵੱਢਣ ਆਏ ਸੀਗੇ ਕਣਕ, ਅਤੇ ਪੰਜਾਬ ਤੋਂ ਖਬਰ ਆਈ ਸੀਗੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ, ਬਈ ਅਰੈਸਟ ਵਾਰੰਟ ਵੀ ਮਤਲਬ ਅਰੈਸਟ ਕਰਨਾ ਅੰਮ੍ਰਿਤਪਾਲ ਸਿੰਘ ਨੂੰ। ਅਤੇ ਹੋਰ ਪਾਸੇ ਆਪਾਂ ਵੱਢਦੇ ਆਪਾਂ ਨੂੰ ਕਿਸੇ ਬੰਦੇ ਦਾ ਆਇਆ ਫੋਨ, ਬੰਦਾ ਪਛਾਣਿਓ ਕਿਹੜਾ, ਅਤੇ ਰਿੰਡ ਦੇ ਵਿੱਚ ਹੀ ਹੁਣ ਆਪਾਂ ਨਿੰਘ ਰਹੇ ਹਾਂ, ਅਤੇ ਇੱਕ ਤੁਹਾਨੂੰ ਡਾਕਾ ਪਾਉਂਦਾ ਬੰਦਾ ਦਿਖਾਉਂਦੇ ਹਾਂ ਵੀ ਦੇਖਿਓ ਲੱਭਿਓ ਕਿਹੜਾ। ਆਹ ਦੇਖੋ ਜੀ ਕਿਹੜਾ ਬੰਦਾ, ਕੌਣ ਆ ਕੌਣ ਨਹੀਂ। ਭਾ ਕੀ ਕਰਦਾ ਓਏ, ਹੈ ਕੀ ਕਰਦਾ? ਅੱਛਾ ਨਾਜਰ ਬਾਈ, ਦੇਖੋ ਜੀ ਕੀ ਕਰਨ ਲੱਗਿਆ ਹੋਇਆ, ਕੀ ਕਰਦਾ? ਬਤਾਊ ਲੱਗ, ਬਤਾਊ ਤੋੜ ਲੋ।
लो जी भोला लसन ते हो गया लुट पाउण लो लसन लसुन लो जी भोले ने दो चार कट्ठियां चक लिया लसन दिया ते बताऊं लगे हैं ते बहुत वधिया लग रहा परमात्मा की मेहर नाल मतलब वधिया आपां नूं बीगियां दा मिल रहा ते बाकी नाजर फोरमैन रहा जी बड ते हुण आपां तुहानूं अगे दी झलक दिखाउने आ ते देखदे रहो वीडियो नूं एंड तक जरूर देखो चैनल नूं लाइक शेयर ते सबसक्राइब जरूर रखियो ते हुण लो जी